या सिडनी, ऑस्ट्रेलिया का सब तो महंगा शहर। ये सब दे सुपने भी पूरे करता ते उदा मुल भी पूरा लेंदा। ते मुल की आ, थोड़ा समा, मेहनत ते कुर्बानी। इत्थे हर साल दुनिया के हर एक कोने चो लखां दी गिणती च नौजवान आउंदे ने। ते मिलो जी साडे पहले किरदार नूं, ओंकार सिंह। जिंदगी नूं खुल के जीण ते सिर्फ अज दी परवाह करना, इहदा असूल आ। एक पासे ये आ जी हरप्रीत सिंह, जिन्हें हुण ही आस्ट्रेलिया की धरती दे कदम रख्या। माँ प्यो दा ये लाड़ला पुत अजे इस मुल्क दे तौर तरीकों तो अणजाण आ। हैलो, हाँ जी भरे, की हाल है? हाँ जी भरे, मैं ना इतने एयरपोर्ट आ गया सीगा, मैं समान पिक कर लिया सीगा अपना, तो मैं इतने बाहर खड़ा सीगा पार्किंग, तो मैंने पता नहीं लगा बाहर कितने जाना, तुम कितने हो? मैं बस राजिया में पार्किंग ला के दो मिनट में पहुंच गया तुम्हारे पास। हाँ जी, मैं इतने ना बस एंट्री से ही सीगा, तो बस वेट कर रहा, तुम आ जाओ, मैं बाहर ही खड़ा हूँ। ठीक है, फिर मैं तुम्हें बाहर मिल लेना। सीट बेल्ट लाना वो लोने हैं। हाँ जी, इतने तो बहुत जरूरी है। तीजे पासे वो भी ने जिन्हां ने इत्थे दे तौर तरीकियां नूं भी पिछे छड़ दिता। इन्हां दी तारीफ है हसन वथरा। हेलो हसन, की हाल ने? मैं ठीक हाँ। काम ते सीगे? मैं थोड़ा बिजी आज। ओ यार, अपने कोले ना एक नवी साइट का काम आया सीगा, 6-7 बंदे अपने कोले ऑलरेडी हैगे ओदे लई। इनफ ही होणगे मैनू लगदा 6-7 बंदे ओदे लई। तुसी कर सकदे हो? फ्री हो तुसी? ਹਾਂਜੀ ਯਾਰ, ਮੈਂ ਬਹੁਤ ਬਿਜ਼ੀ ਹਾਂ, ਮੈਂ ਅਸਲ 'ਚ ਨਾ ਮੈਂ ਕੰਮ 'ਤੇ ਹਾਂ, ਬਹੁਤ ਜ਼ਰੂਰੀ ਕੰਮ ਆ। ਉਹ ਯਾਰ ਦੇਖ ਲਓ, ਚੱਕਰ ਪਤਾ ਕੀ ਆ ਹਸਨ, ਉਹ ਮੁੰਡੇ ਹੈਗੇ 7 ਨਵੇਂ, ਅਤੇ ਆਪਾਂ ਨੂੰ ਪੇ ਵੀ ਉਹਨਾਂ ਨੂੰ ਕਰਨਾ ਪੈ ਜਾਣਾ ਯਾਰ, ਅਤੇ ਕੰਮ ਚੱਲਣਾ ਨਹੀਂ ਗਾ। ਤੁਸੀਂ ਦੇਖ ਲੈਂਦੇ ਜੇ ਕਰ ਸਕਦੇ। ਅਗਰ ਮੈਂ ਕਰ ਸਕਦਾ ਮੈਂ ਜ਼ਰੂਰ ਕਰ ਦਿੰਦਾ, ਮੈਂ ਇਸ ਟਾਈਮ ਬਹੁਤ ਬਿਜ਼ੀ ਹਾਂ, ਮੈਂ ਫੈਮਿਲੀ ਦੇ ਨਾਲ, ਸਮਝ ਲਾ। ਚਲੋ ਠੀਕ ਆ ਫਿਰ, ਜੇ ਬਿਜ਼ੀ ਹੋ ਤਾਂ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਹੋਰ ਫਿਰ ਸਫ਼ਰ ਕਿੱਦਾਂ ਰਿਹਾ? ਠੀਕ ਰਿਹਾ ਵੀਰੇ, ਵਧੀਆ। ਹੋਰ ਘਰ ਪਰਿਵਾਰ ਸਭ ਕਿੱਦਾਂ? ਹਾਂਜੀ ਹਾਂਜੀ, ਸਭ ਵਧੀਆ, ਠੀਕ ਠਾਕ। ਤੁਸੀਂ ਦੱਸੋ, ਭਾਬੀ ਕਿਵੇਂ ਆ, ਬੱਚੇ ਕਿਵੇਂ, ਘਰੇ ਸਾਰੇ ਠੀਕ ਹੈ? ਤੁਸੀਂ ਦੱਸੋ। ਬਹੁਤ ਵਧੀਆ, ਬਸ ਤੁਹਾਡੀ ਉਡੀਕ ਕਰਦੇ ਪਏ ਨੇ। ਹੋਰ ਲੰਚ ਲੁੰਚ ਕੀਤਾ ਉੱਥੇ? ਹਾਂਜੀ ਵੀਰੇ, ਉਹਨਾਂ ਨੂੰ ਦਿੱਤਾ ਵਾ ਸੀਗਾ ਪਾ ਕੇ ਪਲੇਟ ਜੀ, ਜੋ ਪਰ ਪਤਾ ਨਹੀਂ ਲੱਗਾ ਕੀ ਸੀਗਾ, ਜੀ ਨਹੀਂ ਕੀਤਾ। ਮੈਂ ਥੋੜ੍ਹਾ ਟੇਸਟ ਕੀਤਾ ਬਟ ਮੇਰਾ ਮਨ ਨਹੀਂ ਕੀਤਾ ਖਾਣ ਨੂੰ, ਖਾਧਾ ਨਹੀਂ ਗਾ। ਭੁੱਖ ਬੋਲ, ਭੁੱਖ ਬੋਲ ਲੱਗੀ ਹੈ। ਠੀਕ ਹੈ, ਕੋਈ ਨਹੀਂ, ਘਰੇ ਜਾ ਕੇ ਕਰਦੇ ਹਾਂ ਫਿਰ ਇਕੱਠੇ ਡਿਨਰ। ਹਾਂਜੀ, ਜਾ ਚ ਨੀਂਦ ਨੂੰ ਆ ਗਈ ਸੀਗੀ? ਨਹੀਂ ਵੀਰੇ, ਨੀਂਦ ਵੀ ਨਹੀਂ ਆਈ। ਨੀਂਦ ਵੀ ਨਹੀਂ ਆਈ? ਅੱਛਾ, ਫਿਰ ਏਅਰਹੋਸਟੇਸ ਕਿੱਦਾਂ ਲੱਗਿਆ? ਵੀਰੇ ਤਾਂ ਮਤਲਬ ਰੋਡ ਰੂਲਸ ਹੀ ਬੜੇ ਵਧੀਆ, ਨਾ ਕੋਈ ਹਾਰਨ ਮਾਰਦਾ, ਸਾਰੇ ਹੌਲੀ ਹੌਲੀ ਗੱਡੀ ਚਲਾ ਰਹੇ ਨੇ। ਇੰਡੀਆ ਦੇ ਲੋਕਾਂ ਨੇ ਉਹਨੂੰ ਹਾਰਨ ਮਾਰ ਕੇ ਬੰਦਲਾ ਦਿੰਦਾ ਗਾਹ ਵਾਲੇ ਬੰਦੇ ਨੂੰ। ਇੱਥੇ ਵੀਰੇ ਇੱਦਾਂ ਹੀ ਆ, ਇਹ ਪੀਸਫੁਲ ਕੰਟਰੀ ਆ, ਠੀਕ ਹੈ? ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਹੌਰਨ ਵੀ ਮਾਰਦੇ ਨੇ, ਇਟ ਮੀਨਸ ਦੇ ਆਰ ਤੁਹਾਨੂੰ ਗਾਲਾਂ ਕੱਢ ਰਹੇ ਨੇ। ਕੋ ਵੀ ਆ ਕੈਮਰੇ, ਦੇਖੋ ਕੈਮਰੇ ਲੱਗੇ ਹੋਏ ਨੇ ਇੱਥੇ। ਹਾਂਜੀ,
ਜੇ ਅਗਰ ਤੁਸੀਂ ਓਵਰ ਸਪੀਡਿੰਗ ਕਰਦੇ ਹੋ ਜਾਂ ਰੈੱਡ ਲਾਈਟ ਟੱਪਦੇ ਹੋ ਤੇ ਤੁਹਾਨੂੰ ਇਹ ਕੈਮਰੇ ਕੈਚ ਕਰ ਲੈਂਦੇ ਨੇ ਤੇ ਤੁਹਾਡੀ ਨੰਬਰ ਪਲੇਟ ਟਰੈਕ ਹੋ ਜੂਗੀ ਤੇ ਤੁਹਾਡੇ ਘਰੇ ਫਾਈਨ ਆ ਜੂਗਾ। ਸਾਰਾ ਕੁਝ ਛੱਡ ਕੇ ਉੱਥੇ ਲੋਕੀ ਕਹਿ ਦਿੰਦੇ ਨੇ ਜਿਹੜਾ ਬੰਦਾ ਗੇੜਾ ਜਾਂਦਾ ਫਿਰ ਉਹ ਵਾਪਸ ਨਹੀਂ ਆਉਂਦਾ ਜਲਦੀ, ਕੰਮ 'ਚ ਬਿਜ਼ੀ ਹੋ ਜਾਂਦਾ ਉੱਥੇ। ਹਾਂ ਕੰਮ ਵੀ ਹੈਗਾ ਇੱਥੇ ਦੀ ਲਾਈਫ ਵੀ ਇੱਦਾਂ ਦੀ ਹੈਗੀ ਆ ਅਤੇ ਇਟਸ ਟੋਟਲੀ ਡਿਫਰੈਂਟ ਫਰੋਮ ਇੰਡੀਆ। ਪਹੁੰਚ ਗਿਆ ਘਰੇ ਘਰੇ ਸਾਲ ਨਾਲ। ਹਾਂਜੀ ਅੱਜ ਉਹ ਸਮਾਨ ਆਪਾਂ ਇੱਥੇ ਰੱਖ ਦਿੰਦੇ। ਹਾਂਜੀ ਤੁਸੀਂ ਬੈਠੋ। ਹਾਂਜੀ ਮੈਂ ਪਾਣੀ ਲੈ ਕੇ ਆਇਆ। ਠੀਕ ਹਾਂਜੀ ਹੈਲੋ ਹਰਪ੍ਰੀਤ। ਹਾਂਜੀ ਪੜ੍ਹੋ। ਥੈਂਕ ਯੂ ਵੀਰੇ। ਭਾਬੀ ਤੇਰੀ ਗਈ ਹੈ ਕੰਮ 'ਤੇ। ਹਾਂਜੀ ਉਹਨਾਂ ਨੇ ਮੁੜ ਜਾਣਾ ਥੋੜ੍ਹੀ ਦੇਰ ਤੱਕ। ਹਾਂਜੀ ਫਿਰ ਤੁਹਾਡਾ ਡਿਨਰ ਡੁਨਰ ਕਰਦੇ ਹਾਂ ਆਪਾਂ। ਹਾਂਜੀ ਸਹੀ ਹੋ ਇਕੱਠੇ ਬਹਿ ਕੇ ਗੱਲਾਂ ਬਾਤਾਂ ਮਾਰਾਂਗੇ। ਹਾਂਜੀ ਠੀਕ ਹੈ। ਹੋਰ ਘਰ ਘੁਰ ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਾ ਵੀਰੇ, ਬਹੁਤ ਵਧੀਆ। ਮਹਿੰਗਾ ਵੀ ਹੋਣਾ ਤੁਹਾਡੀ ਭਾਬੀ ਦਾ ਯਾਦ ਆ ਗਿਆ, ਆਪਾਂ ਯਾਦ ਕਰਨੇ ਸੀ ਮੈਨੂੰ ਤੁਹਾਡੀ ਫੋਨ ਹੁਣ ਮੈਂ ਗੱਲ ਕਰਕੇ ਆਇਆ। ਹੈਲੋ। ਹਾਂਜੀ ਕਿੱਦਾਂ? ਹਾਂਜੀ ਮੈਂ ਠੀਕ ਹਾਂ। ਹਰਪ੍ਰੀਤ ਨੂੰ ਪਿੱਕ ਕਰਕੇ ਲੈ ਆਏ ਤੁਸੀਂ? ਹਰਪ੍ਰੀਤ ਨੂੰ ਪਿੱਕ ਕਰਕੇ ਆਈ ਸੀ ਹੁਣੇ, ਬਸ ਪਾਣੀ ਦੇ ਕੇ ਹਟੇ। ਅੱਛਾ ਠੀਕ ਹੈ। ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਹਲੇ ਤੁਸੀਂ ਨਾ ਕੇ ਹੋ ਹਰਪ੍ਰੀਤ ਨੂੰ ਰੂਮ ਵੇਖਣ ਲਈ। ਹਾਂਜੀ ਉਹ ਤਾਂ ਠੀਕ ਹੈ, ਆਪਣੇ ਖਰਚੇ ਵੀ ਬਹੁਤ ਆ ਰਹੇ ਨੇ ਘਰ ਦੇ, ਗੱਡੀ ਦੀ ਇੰਸਟਾਲਮੈਂਟ ਆ ਗਈ, ਘਰ ਦੀ ਇੰਸਟਾਲਮੈਂਟ ਆ ਗਈ, ਘਰ ਦੇ ਖਰਚੇ ਹੋ ਗਏ, ਨਿਆਣੇ ਦੇ ਖਰਚੇ ਹੋ ਗਏ, ਚੋਲਾ ਤਾਂ ਕਰਦੇ ਹਾਂ। ਮੈਂ ਉਹਨੂੰ ਕਹਿ ਦੇਣਾ, ਉਹਨੇ ਕੱਲ੍ਹ ਕਾਲਜ ਨੂੰ ਵੀ ਜਾਣਾ, ਉਹਦੀ ਓਰੀਐਂਟੇਸ਼ਨ ਵੀ ਹੈਗੀ ਹੈ, ਅਤੇ ਉੱਤੋਂ ਬਾਅਦ ਦੇਖ ਲੈਂਦੇ ਹਾਂ ਕਿੱਦਾਂ ਕਰਨਾ। ਚਲੋ ਠੀਕ ਹੈ, ਦੇਖ ਲਓ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗੇ। ਮੇਰੀ ਬ੍ਰੇਕ ਹੋਈ ਸੀਗੀ ਅਤੇ ਮੈਂ ਫਿਰ ਘਰ ਆ ਕੇ ਗੱਲ ਕਰਦੀ ਹਾਂ। ਤੁਸੀਂ ਜਦੋਂ ਕੰਮ ਫਿਨਿਸ਼ ਕੀਤਾ ਨਾ ਅਤੇ ਦੱਸ ਦਿਓ, ਮਿਲਦੇ ਹਾਂ ਫਿਰ ਉਸ ਤੋਂ ਬਾਅਦ। ਚਲੋ ਸੀ ਯੂ ਸੂਨ। ਓਕੇ ਬਾਏ। ਹਾਂਜੀ ਹਰਪ੍ਰੀਤ, ਉਹ ਭਾਬੀ ਤੇਰੀ ਦਾ ਫੋਨ ਆਇਆ ਸੀਗਾ। ਹਾਂਜੀ ਬਸ ਆ ਰਹੇ ਨੇ ਥੋੜ੍ਹੀ ਦੇਰ ਦਾ। ਹਾਂਜੀ ਹਾਂਜੀ ਚਲੋ ਫਿਰ ਆਪਾਂ ਬੈਠਦੇ, ਕਹਿੰਦੇ ਕੰਮ ਤੋਂ ਬੰਦਾ ਟਾਇਰਡ ਹੋ ਜਾਂਦਾ। ਚਲੋ ਆਪਾਂ ਮੇਰੇ ਕੋਲ ਆਪਾਂ ਕਾਰਡ ਪਿਆ। ਤੁਸੀਂ ਬੱਸ, ਟ੍ਰੇਨ, ਫੈਰੀ ਜਿੱਥੇ ਮਰਜ਼ੀ ਇੱਕੋ ਹੀ ਕਾਰਡ ਚੱਲਦਾ, ਜਿੱਥੇ ਮਰਜ਼ੀ ਤੁਸੀਂ ਜਾ ਸਕਦੇ ਹੋ। ਠੀਕ ਹੈ, ਉਹਦੇ ਵਿੱਚ ਟਾਈਮ ਸ਼ੈਡਿਊਲ ਹੁੰਦਾ, ਤੁਸੀਂ ਟਾਈਮ ਨੋਟ ਕਰਕੇ ਤੁਸੀਂ ਆਪਣੇ ਟਾਈਮ ਦੇ ਹਿਸਾਬ ਨਾਲ ਚੱਲ। ਹਾਂਜੀ ਇਹਨੂੰ ਮਤਲਬ ਮੈਂ ਬੱਸ ਵਾਲੇ ਨੂੰ ਦਿਖਾਉਣਾ ਵਾ, ਡਰਾਈਵਰ ਨੂੰ, ਜਾਂ ਕਿਵੇਂ ਮਤਲਬ ਵਰਤਣਾ? ਉੱਥੇ ਨਾ ਇੱਕ ਟੈਪ ਦੀ ਮਸ਼ੀਨ ਹੁੰਦੀ ਹੈ, ਬਸ ਉੱਥੇ ਟੈਪ ਕਰ ਦੇਣਾ। ਜੇ ਅਗਰ ਟ੍ਰੇਨ ਸਟੇਸ਼ਨ ਜਾਣਾ ਅਤੇ ਉੱਥੇ ਇੱਕ ਐਂਟਰੈਂਸ 'ਤੇ ਨਾ ਇੱਕ ਬਣਿਆ ਹੁੰਦਾ ਐਂਟਰੀ ਵਾਲਾ, ਅਤੇ ਉਹਦੇ ਵਿੱਚ ਤੁਸੀਂ ਟੈਪ ਕਰਨਾ। ਜਿੱਦਾਂ ਟੈਪ ਕਰੋਗੇ ਡੋਰ ਆਟੋਮੈਟਿਕਲੀ ਓਪਨ ਹੋ ਜਾਂਦੀ। ਠੀਕ ਹੈ। ਨਾਲੇ ਹਰਪ੍ਰੀਤ, ਹਾਂਜੀ ਕੱਲ੍ਹ ਤੁਸੀਂ ਜਾਓਗੇ ਨਾ ਕਾਲਜ, ਅਤੇ ਉੱਥੇ ਜਾ ਕੇ ਕਾਫੀ ਲੋਕਾਂ ਨੂੰ ਮਿਲੋਗੇ ਤੁਸੀਂ, ਅਤੇ ਹੁਣ ਗੱਲਬਾਤ ਕਰਕੇ ਤੁਸੀਂ ਪੁੱਛ ਲਿਓ, ਆਪਣੀ ਅਕੋਮੋਡੇਸ਼ਨ ਦੇਖ ਲਿਓ। ਅਤੇ ਇੱਥੇ ਥੋੜ੍ਹਾ ਜਿਹਾ ਔਖਾ ਸਾਡੇ ਲਈ, ਸਾਡੀ ਫੈਮਿਲੀ ਵੀ ਹੈ, ਨਿਆਣੇ ਵੀ ਹੈਗੇ ਨੇ, ਅਤੇ ਰੂਮ ਸਾਡੇ ਕੋਲ ਲਿਮਿਟਿਡ ਸਪੇਸ ਹੈਗੀ ਹੈ, ਹੈ ਨਾ? ਅਤੇ ਦੇਖ ਲਿਓ। ਠੀਕ ਹੈ ਓਕੇ ਠੀਕ ਹੈ। ਚਲੋ ਇੱਦਾਂ ਕਰੋ, ਤੁਸੀਂ ਆਪਣਾ ਫਰੈਸ਼ ਫਰੁਸ਼ ਹੋ ਜਾਓ, ਖਾ ਪੀ ਲਓ, ਅਤੇ ਆਪਾਂ ਉਹ ਤੋਂ ਬਾਅਦ ਤੇਰੀ ਭਾਬੀ ਆਉਣ ਲੱਗੀ ਹੈ ਥੋੜ੍ਹੀ ਦੇਰ ਤੱਕ, ਆਪਾਂ ਫਿਰ ਇਕੱਠੇ ਬਹਿ ਕੇ ਡਿਨਰ ਕਰਦੇ ਹਾਂ। ਠੀਕ ਹੈ, ਫਰੈਸ਼ ਫਰੁਸ਼ ਹੋ ਜਾਓ। ਚਲੋ ਅੰਦਰ ਸ਼ੇ ਹੈਲੋ ਫਸਿਕਲ ਮੰਮੀ। ਹਾਂਜੀ ਹਾਂਜੀ ਪੁੱਤਰ, ਕੀ ਹਾਲ ਹੈ? ਵਧੀਆ, ਤੁਹਾਨੂੰ ਦੱਸੋ ਕਿੱਦਾਂ? ਮੈਂ ਤੈਨੂੰ ਕਿੰਨੇ ਮੈਸੇਜ ਕੀਤੇ ਸੀ ਵਟਸਐਪ 'ਤੇ, ਤੇਰਾ ਕੋਈ ਜਵਾਬ ਹੀ ਨਹੀਂ ਆਇਆ। ਹਾਂਜੀ ਹਾਂਜੀ, ਉਹ ਨਾ ਮੇਰਾ ਨੈੱਟ ਨਹੀਂ ਚੱਲਦਾ ਸੀਗਾ ਪਹਿਲਾਂ, ਏਅਰਪੋਰਟ 'ਤੇ ਸੀਗਾ ਬਸ ਤਾਂ ਕਰਕੇ। ਸ਼ੈਂਕੀ ਮਿਲ ਗਿਆ ਸੀ ਨਾ ਏਅਰਪੋਰਟ 'ਤੇ, ਕੋਈ ਦਿੱਕਤ ਤਾਂ ਨਹੀਂ ਆਈ?
ਹਾਂਜੀ ਹਾਂਜੀ ਸ਼ੈਂਕੀ ਮਿਲ ਗਿਆ ਸੀਗਾ ਏਅਰਪੋਰਟ 'ਤੇ, ਮਤਲਬ ਉਹ ਵੀ ਆ ਗਿਆ ਸੀਗਾ ਟਾਈਮ ਨਾਲ, ਜਦੋਂ ਮੈਂ ਮਤਲਬ ਏਅਰਪੋਰਟ 'ਤੇ ਸਮਾਨ ਸਮੂਨ ਲੈ ਕੇ ਉਦੋਂ ਉੱਥੇ ਆ ਗਿਆ ਸੀਗਾ ਬਾਹਰ, ਅਤੇ ਮਿਲ ਕੇ ਬਸ ਸਮਾਨ ਲੈ ਕੇ ਅਸੀਂ ਆ ਗਏ ਸੀ ਘਰੇ, ਥੋੜ੍ਹਾ ਟਾਈਮ ਹੋਇਆ ਹਜੇ ਮਤਲਬ ਘਰੇ ਆਇਆ ਜੀ ਲੱਗ ਗਿਆ ਨਾ ਵਧੀਆ ਘਰ। ਹਾਂਜੀ ਹਾਂਜੀ ਜੀ ਲੱਗ ਗਿਆ ਵਧੀਆ, ਮਤਲਬ ਹੁਣ ਘਰੇ ਆਏ ਹਾਂ, ਥੋੜ੍ਹਾ ਟਾਈਮ ਪਹਿਲਾਂ ਆਏ ਸੀਗੇ ਘਰੇ, ਨਹਾਉਣ ਨੂੰ ਕੇ ਰੈਸਟ ਰੂਸ਼ ਕੀਤੀ ਆ, ਮਤਲਬ ਥਕਾਵਟ ਬਹੁਤ ਹੋ ਗਈ ਸੀ, ਨੀਂਦ ਵੀ ਨਹੀਂ ਆਈ ਫਲਾਈਟ 'ਚ। ਰੋਟੀ ਪਾਣੀ ਖਾ ਲਿਆ ਸਭ? ਹਾਂਜੀ ਹਾਂਜੀ ਰੋਟੀ ਵੀ ਖਾ ਲਈ ਸੀ। ਨਾਲੇ ਟੈਨਸ਼ਨ ਨਾ ਲਈ ਕਿਸੇ ਚੀਜ਼ ਦੀ? ਨਹੀਂ ਟੈਨਸ਼ਨ ਤਾਂ ਕੋਈ ਗੱਲ ਦੀ ਨਹੀਂ, ਆਰਾਮ ਨਾਲ ਬਸ ਮੈਂ ਵਿਚਾਰ ਨੂੰ ਰੈਸਟ ਕਰਦੇ ਹਾਂ। ਚੱਲ ਠੀਕ ਹੈ, ਮੈਂ ਤੇਰੇ ਡੈਡੀ ਨੂੰ ਦੱਸ ਦਾਂਗੀ ਫਿਰ, ਹੈਂ ਮੇਰੀ ਗੱਲ ਹੋ ਗਈ ਸੀ ਤੇਰੇ ਨਾਲ। ਸਹੀ ਹੈ, ਤੁਸੀਂ ਡੈਡੀ ਨੂੰ ਦੱਸ ਦਿਓ ਇੱਕ ਵਾਰੀ ਵੀ ਮੇਰੇ ਨਾਲ ਗੱਲ ਹੋ ਗਈ ਸੀਗੀ, ਅਤੇ ਫਿਰ ਮੈਂ ਹੁਣ ਥੱਕਿਆ ਬਹੁਤ ਹੋਇਆ ਵਾਂ, ਅਤੇ ਸੁਣਨਾ ਵਾਂ, ਠੀਕ ਆ? ਮੈਂ ਤੈਨੂੰ ਕੱਲ੍ਹ ਕਰਦੀ ਹਾਂ ਫਿਰ। ਚੰਗਾ, ਓਕੇ, ਚਲੋ ਠੀਕ ਆ ਮੰਮੀ, ਸਤਿ ਸ਼੍ਰੀ ਅਕਾਲ, ਬਾਏ। ਟਾਈਮਿੰਗ ਤਾਂ ਹੋਣ ਵਾਲੀ ਯਾਰ, ਵਾ ਦੇਖਦਾ ਵਾ ਲੜਾ ਹੀ ਸਟਾਕ। ਬਾਬਾ ਭੱਜ ਜਾਣੇ ਹੁਣ ਅਗਲੀ ਕਿੰਨੇ ਵਜੇ ਆ ਮੀਂਹ ਜਾ ਆਈ ਆ, ਅਗਲੀ ਹੁਣ ਕਿੰਨੇ ਵਜੇ ਆ, 15-20 ਮਿੰਟ ਬਾਅਦ ਵੇਟ ਕਰਨੀ ਪੈਣੀ ਆ। ਹੈਲੋ, ਕਿਵੇਂ ਸੀ? ਠੀਕ ਵਧੀਆ। ਮੈਂ ਨਾ ਕਾਲਜ ਚੱਲਿਆ ਸੀਗਾ, ਤੁਹਾਨੂੰ ਪਤਾ ਇਹਦੇ ਬਾਰੇ? ਪਹਿਲੀ ਵਾਰੀ ਚੱਲਿਆ ਮੇਰੇ ਓਰੀਐਂਟੇਸ਼ਨ ਆ, ਕੱਲ੍ਹ ਹੀ ਆਇਆ ਮੈਂ, ਤੁਹਾਨੂੰ ਪਤਾ ਇਹਦੇ ਬਾਰੇ? ਮਤਲਬ ਮੈਂ ਪਹਿਲਾਂ ਇੱਕ ਬੱਸ ਲਈ ਮਿਸ ਹੋ ਗਈ, ਹੁਣ ਦੂਜੀ ਬੱਸ ਲਈ ਆ, ਤਿੰਨ ਹੋ ਗਏ ਰਿਹਾ, ਮਤਲਬ ਕਿ ਤੁਹਾਨੂੰ ਮਾੜਾ ਜਿਹਾ ਪਤਾ ਰਸਤੇ ਦਾ, ਕਿਉਂਕਿ ਮੈਨੂੰ ਪਤਾ ਨਹੀਂ ਵੀ ਇੱਥੋਂ ਉੱਤਰ ਕੇ ਕਿਵੇਂ ਜਾਣਾ ਵਾ, ਇਹਨੇ ਸਟੇਸ਼ਨ 'ਤੇ ਲੈ ਕੇ ਜਾਣਾ ਬੱਸ ਨੇ, ਅਤੇ ਉਦੋਂ ਬਾਅਦ 'ਚੋਂ ਮਤਲਬ ਪਤਾ ਨਹੀਂ ਕਿੱਥੋਂ ਵੀ ਜਾਣਾ ਵਾ। ਐਂ ਕਰ, ਪਹਿਲੇ ਸੀਟ ਬੈਲਟ ਲਾ ਲਾ। ਅੱਛਾ, ਮੈਂ ਵੀ ਇੱਥੇ ਜਾ ਰਿਹਾ, ਕੋਈ ਨਹੀਂ ਚੱਕਰ ਹੈਗਾ। ਓਕੇ, ਤੁਸੀਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ? ਮੈਂ ਇੰਡੀਆ ਤੋਂ ਨਹੀਂ ਹੈਗਾ। ਓਕੇ, ਕਿਹੜੀ ਜਗ੍ਹਾ ਤੋਂ? ਪਾਕਿਸਤਾਨ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ? 2 ਸਾਲ। ਮੈਨੂੰ ਤਾਂ ਹਜੇ ਕੱਲ੍ਹ ਆਇਆ ਮੈਂ। ਆਪਣਾ ਕਮਾ ਕੇ ਖਾਂਦਾ ਨਾ, ਬਸ ਲੋਕਾਂ ਦੀ ਗੱਲ ਹੋਲ ਕਰਿਆ ਮੈਂ, ਨਾਲੇ ਕਦੀ ਪੀ ਆਰ ਸਭ ਕੁਛ ਨਹੀਂ ਹੁੰਦਾ। ਤੁਸੀਂ ਮਤਲਬ ਮੈਨੇਜਰ ਹੋ ਵੱਡੀ ਵੱਡੀ ਕੰਪਨੀ, ਤੁਸੀਂ ਫਿਰ ਵੀ ਕਾਲਜ ਆ ਰਹੇ, ਪੜ੍ਹਾਈ ਮੁੱਕੀ ਹੋ ਗਿਆ ਜੀ? ਮੇਰਾ ਵੀਜ਼ਾ ਮੇਨਟੇਨ ਰੱਖਣਾ ਪੈਂਦਾ, ਸਟੂਡੈਂਟ ਵੀਜ਼ਾ। ਓਕੇ, ਉਹਦੇ ਵਾਸਤੇ ਮੈਂ ਕਾਲਜ ਚਾਹੀਦਾ, ਬਾਕੀ ਕੰਮ ਕਰ ਤਾਂ ਤੁਹਾਨੂੰ ਪਤਾ ਫਿਰ ਚੱਲਦੇ ਰਹਿੰਦੇ ਹਾਂ ਆਪਾਂ। ਨਵੀਂ ਬਸ, ਤੁਸੀਂ ਕੋਰਸ ਹੀ ਨਹੀਂ ਕੀਤਾ ਹੋਣਾ ਹੈ ਨਾ ਫਿਰ, ਪਹਿਲਾਂ ਹੋਰ ਪੜ੍ਹਿਆ ਹੋਣਾ? ਆ, ਉਹ ਤਾਂ ਹੁੰਦਾ ਹੀ ਹੈ। ਅੱਜ ਮੇਰੀ ਵੀ ਓਰੀਐਂਟੇਸ਼ਨ ਆ, ਪਹਿਲਾਂ ਦੇਣੀ ਆ, ਮਤਲਬ ਪਤਾ ਨਹੀਂ ਹੁਣ ਕਿੱਦਾਂ ਜਾਊਗਾ। ਚਲੋ ਤੁਸੀਂ ਉੱਥੇ ਜਾਣਾ, ਮੈਂ ਮਾੜੀ ਮੋਟੀ ਹੈਲਪ ਕਰ ਦੂੰਗਾ। ਬਾਕੀ ਸਾਰੀ ਬੱਸ ਖਾਲੀ ਪਈ ਹੈ, ਕਿਤੇ ਖੁੱਲ੍ਹਾ ਹੋਵੇ ਜਾਂ ਈਜ਼ੀ ਹੋਵੇ। ਵੀ ਲੜੀ ਪੈਣੀ ਆ ਵੀ ਪਈ ਹੈ ਵਾ।
ਸਾਡੀ ਕਹਾਣੀ ਦਾ ਅਗਲਾ ਕਿਰਦਾਰ ਹੈ ਅਲੀ ਮਲਿਕ, ਜਿਹੜਾ ਆਸਟ੍ਰੇਲੀਆ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਨਾਲ ਨਾਲ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਹੋਰ ਸੁਣਾ, ਕੀ ਹਾਲ ਆ? ਚਲੋ ਨਿਕਲੀਏ, ਮੀਂਹ ਆ ਗਿਆ। ਹਾਂ ਉੱਧਰ ਚੱਲ, ਜਲਦੀ ਉੱਧਰ ਜਾਣਾ ਆਪਾਂ। ਹਾਂ ਮੈਂ ਸ਼ੁਕਰ ਆ ਗੱਡੀ 'ਚ ਆ ਗਿਆ। ਮੈਂ ਵੀ ਯਾਰ, ਚੱਲ ਚੱਲ ਪਹੁੰਚ ਗਿਆ ਬਸ। ਹੋਏ ਮੈਂ ਲੱਗਦਾ ਆਪਾਂ ਲੇਟ ਹੋ ਗਏ ਆ, ਕੋਈ ਬੰਦਾ ਹੀ ਨਜ਼ਰ ਆ ਰਿਹਾ ਕਿਤੇ। ਹਾਂ ਨਹੀਂ ਨਹੀਂ, ਜਲਦੀ ਆ ਗਿਆ, ਕੋਈ ਹੈ ਹੀ ਨਹੀਂ ਆ। ਕੋਈ ਬਾਕੀ ਪਹਿਲਾ ਦਿਨ ਆ, ਅੱਜ ਮਜ਼ਾ ਆ ਰਿਹਾ। ਪਹਿਲੇ ਦਿਨ ਹੀ ਬਾਰਿਸ਼ ਹੋ ਗਈ। ਓਏ ਉਹ ਮੁੰਡਾ ਕੌਣ ਆ, ਇਕੱਲੇ ਹੀ ਖੜਾ ਆਉਣਾ ਕੋਈ? ਹਾਂ ਹਾਂ ਫਿਰ ਬਸ ਤੂੰ ਕਹਿ ਦਵਾਂ ਕਰ ਇੰਡੀਆ ਤੋਂ ਆਇਆ, ਪੁੱਛੀਏ ਨਾ ਸਹੀ ਉਹਨੂੰ, ਜਾ ਕਰ ਲਾ ਤੂੰ। ਚੱਲ ਮੈਂ ਆਉਂਦਾ। ਹੋਰ ਭਾਅ ਜੀ ਕੀ ਹਾਲ ਆ? ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕਿੱਦਾਂ? ਮੈਂ ਵੀ ਠੀਕ ਹਾਂ। ਕਿੱਦਾਂ ਨਵੇਂ ਆਏ ਹੋ? ਹਾਂਜੀ ਵੀਰੇ, ਮੈਨੂੰ ਮੈਂ ਪਰਸੋਂ ਕੱਲ੍ਹ ਹੀ ਆਇਆ ਵਾਂ। ਅੱਛਾ ਤੁਸੀਂ ਹਾਏ ਕੱਲ੍ਹ ਆਏ ਹੋ ਆਸਟ੍ਰੇਲੀਆ? ਹਾਂਜੀ। ਅੱਛਾ ਮੈਂ ਦੇਖ ਰਿਹਾ ਸੀਗਾ, ਮੈਂ ਇਕੱਲੇ ਹੀ ਖੜੇ ਹੋ। ਹਾਂਜੀ ਵੀਰੇ, ਓਰੀਐਂਟੇਸ਼ਨ ਲਈ ਆਇਆ ਸੀਗਾ ਅੱਜ ਮੈਂ, ਤੇ ਅੱਜ ਪਹਿਲਾ ਦਿਨ ਮੇਰਾ ਵੀ ਓਰੀਐਂਟੇਸ਼ਨ ਆ ਅੱਜ ਇੱਥੇ। ਓਕੇ, ਮੈਨੂੰ ਆਏ ਨੂੰ ਟਾਈਮ ਹੋ ਗਿਆ, ਲੇਕਿਨ ਮੈਂ ਦੁਬਾਰਾ ਮਤਲਬ ਕੋਰਸ ਵਗੈਰਾ ਚੇਂਜ ਕੀਤਾ ਆਪਣਾ। ਹਾਂਜੀ ਮੈਂ ਦੇਖ ਰਿਹਾ ਸੀ ਜਵਾਬ ਕਿੱਥੇ ਘੱਟ ਨੇ, ਮਤਲਬ ਸਹੀ ਜਗ੍ਹਾ 'ਤੇ ਆਇਆ ਵਾਂ ਮੇਰੀ ਜਗ੍ਹਾ। ਮੈਨੂੰ ਵੀ ਸਹੀ ਲੱਗਦੀ ਆ, ਥੋੜ੍ਹਾ ਕੀ ਉਹਦਾ ਨਾਮ ਆ, 2 ਵਜੇ ਆ ਅਤੇ ਆਪਣੀ ਓਰੀਐਂਟੇਸ਼ਨ 3 ਵਜੇ ਆ। ਮੈਨੂੰ ਲੱਗ ਰਿਹਾ ਸੀਗਾ ਅਸੀਂ ਲੇਟ ਆਏ ਹਾਂ, ਪਰ ਅਸੀਂ ਜਲਦੀ ਆ ਗਏ। ਪੈਸੇ ਮੇਰੇ ਹੈ? ਓਏ ਉਹ ਮੇਰਾ $1 ਡਿੱਗ ਗਿਆ ਓਏ। ਆ ਜਾ ਫਿਰ ਚੱਲਦੇ ਯਾਰ ਹੁਣ। ਔਰ ਰੁਕ ਜਾ ਰੁਕ ਜਾ, ਖੜ ਜਾ, ਹਜੇ ਅੱਧਾ ਘੰਟਾ ਪਿਆ ਵਾ। ਹਾਂ ਹਜੇ ਅੱਧਾ ਘੰਟਾ ਪਿਆ, ਬਹਿ ਖੜੇ ਆ ਇੱਥੇ ਯਾਰ, ਅੰਦਰ ਕੋਈ ਵੀ ਨਹੀਂ ਹੋਣਾ, ਇੱਥੇ ਰੁਕਿਆ ਕੋਈ ਗੱਲਾਂ ਬਾਤਾਂ ਕਰਦੇ ਹਾਂ। ਚਲੋ ਮੁੰਡੇ ਖੁੰਡੇ ਤਾਂ ਬਹੁਤ ਵੇਖ ਲਏ, ਹੁਣ ਮਿਲੋ ਉਹਨੂੰ ਜੋ ਲੋਕਾਂ ਦੀ ਧੜਕਣ ਚੈੱਕ ਵੀ ਕਰਦੀ ਆ ਅਤੇ ਨਾਲੇ ਉਹਨਾਂ ਦੀ ਧੜਕਣ ਤੇਜ਼ ਵੀ ਕਰਦੀ ਆ। ਇਹ ਆ ਏਕਮ, ਇਹ ਸੌਖੀ ਕਿਸੇ ਨੂੰ ਭਾ ਨਹੀਂ ਦਿੰਦੀ ਯਾਰ। ਯੂਨੀਵਰਸਿਟੀ ਤਾਂ ਕੋਈ ਵੀ ਨਹੀਂ ਆਇਆ, ਬੰਦੇ ਕਿੱਥੇ ਆਏ ਸਾਰੇ? ਰੈਸਟੋਰੈਂਟ ਵੀ ਬੰਦ ਆ। ਜਾਣਾ ਕਿੱਥੇ ਉਸਤਾਦ? ਜਾਣਾ ਆਇਆ ਤਾਂ ਮੈਨੂੰ ਆਪ ਨਹੀਂ ਪਤਾ। ਚੱਲ ਯਾਰ ਫਿਰ ਅੱਗੇ ਜਾ ਕੇ ਦੇਖ ਲੈਂਦੇ ਹਾਂ ਕਿੱਥੇ ਆ। ਖਲੋ ਜੋ ਇੱਕ ਮਿੰਟ ਯਾਰ, ਮੈਂ ਉਹਨੂੰ ਪੁੱਛ ਲੈਂਦਾ, ਉਹਨੂੰ ਪਤਾ ਹੋਣਾ। ਹਾਏ, ਹਾਊ ਆਰ ਯੂ? ਆਮ ਗੁੱਡ, ਹਾਊ ਆਰ ਯੂ? ਆਮ ਗੁੱਡ। ਯੂ ਨੋ ਵੇਅਰ ਇਜ਼ ਦ ਓਰੀਐਂਟੇਸ਼ਨ? ਆਈ ਡੋਨਟ ਨੋ, ਮੇਰਾ ਵੀ ਅੱਜ ਫਸਟ ਡੇ ਹੀ ਹੈ। ਕੋਈ ਡਿਪਾਰਟਮੈਂਟ ਕੌਨ ਸਾ ਹੈ? ਨਰਸਿੰਗ। ਕੀ ਹੋ ਗਿਆ? ਨੁਕਸਾਨ ਹੋ ਗਿਆ। ਕਿਸ ਬਾਤ ਕਾ? ਬਤਾ ਨਹੀਂ ਸਕਦੇ। ਹਾਂ ਵੀ ਇਨਕਾ ਨਰਸਿੰਗ ਹੈ। ਨਰਸਿੰਗ ਹੈ ਆਪਕਾ? ਆਪਕੋ ਪਤਾ ਨਰਸਿੰਗ ਡਿਪਾਰਟਮੈਂਟ ਕਹਾਂ ਪੇ ਹੈ? ਨਰਸਿੰਗ ਹਮਾਰਾ ਤੋ ਆਈਟੀ ਡਿਪਾਰਟਮੈਂਟ ਹੈ, ਹਮਾਰਾ ਇਸ ਸਾਈਡ ਪੇ ਹੈ, ਯੇ ਆਈਟੀ ਨਹੀਂ ਹੈ ਯਾ ਕੋਈ ਹੋਰ ਹੈ, ਤੋ ਨਰਸਿੰਗ ਕਾ ਮੇਰੇ ਖਿਆਲ ਸੇ ਵੋ ਬੈਕ ਪੇ ਹੋਗਾ, ਫਸਟ ਵਾਲਾ। ਓਕੇ, ਆਪ ਜ਼ਿੰਦਗੀ ਮੇਂ ਬਹੁਤ ਆਗੇ ਨਿਕਲ ਗਈ, ਯਹਾਂ ਸੇ ਥੋੜਾ ਪੀਛੇ ਜਾਣਾ ਪੜੇਗਾ ਆਪਕੋ। ਜ਼ਰੂਰ, ਥੈਂਕ ਯੂ। ਕੀ ਮਮਾ ਕੁੜੀਆਂ ਦੇ ਫਲਰਟ ਕਰਦੇ ਰਹਿਣਾ ਯਾਰ, ਇੱਕ ਗੱਲ ਰਹਿ ਗਈ। ਕੀ ਗੱਲ ਰਹਿ ਗਈ? ਕੋਈ ਨਹੀਂ ਰਹਿਣ ਦੇ ਮਮਾ, ਹਟ ਜਾ ਕਰ, ਪਹਿਲਾ ਦਿਨ ਆ, ਜੋ ਕੀ ਸੋਚੇਗੀ ਤੇਰੇ ਬਾਰੇ। ਅਜੀਬ ਨਮੂਨਾ ਸੀ। ਹੈਲੋ ਅਲੀ, ਕੀ ਹਾਲ ਚਾਲ? ਹਾਂ ਚੰਗਾ ਰਿਹਾ ਆਪਣਾ ਦਿਨ ਨਾ ਅੱਜ? ਮੈਡਮ ਸੋਹਣੀ ਸੀ ਨਾ? ਮੈਡਮ ਤੈਨੂੰ ਬਸ ਇਹੀ ਪਈ ਹੁੰਦੀ ਕਿ ਕੁੜੀ ਕਿਹੜੀ ਮੈਨੂੰ ਸੋਹਣੀ ਮਿਲ ਜਾਵੇ। ਮੈਂ ਹੁਣ ਨਾ ਬੋਡੀ ਬਣਾਉਣੀ ਆ, ਤੂੰ ਦੇਖੀ ਫਿਰ ਮਰਦੀਆਂ ਕਿੰਝ ਮੇਰੇ 'ਤੇ। ਹਾਂ ਬੋਡੀ ਬਣਾਉਣੀ ਆ, ਜਿਹਨੂੰ ਤੂੰ ਸੁਬਾਹ ਕਹਿ ਰਿਹਾ ਸੀਗਾ ਫਲਰਟ ਕਰ ਰਿਹਾ ਸੀਗਾ, ਤੇਰੇ ਦੰਦ ਸੋਹਣੇ ਆ, ਤੇਰੀ ਅੱਖਾਂ ਸੋਹਣੀਆਂ, ਉਹਨੇ ਕੱਲ੍ਹ ਤਾਂ ਤੈਨੂੰ ਬੁਲਾਉਣਾ ਵੀ ਨਹੀਂ। ਕਿਵੇਂ ਨਹੀਂ ਬੁਲਾਏਗੀ, ਕਿਵੇਂ ਨਹੀਂ? ਤੈਨੂੰ ਕੱਲ੍ਹ ਤੋਂ ਬੁਲਾਏਗੀ ਵੀ ਨਹੀਂ, ਦੇਖੀ ਬੁਲਾਏਗੀ ਬੁਲਾਏਗੀ ਐਵੀਂ। ਭਾਜੀ ਹੈਲੋ, ਆਇਓ ਭਾਜੀ। ਕਿਹਨੂੰ ਭਾਜੀ? ਕਿਹੜਾ ਭਾਜੀ? ਓਈ ਜਿਹਨੂੰ ਆਪਾਂ ਸੁਬਾਹ ਮਿਲੇ ਸੀ। ਆਇਓ ਬੈਠੋ। ਕਿੱਦਾਂ ਕਿੱਦਾਂ ਰਿਹਾ? ਮੇਰਾ ਤਾਂ ਠੀਕ ਰਿਹਾ, ਤੁਸੀਂ ਦੱਸੋ। ਹਾਂਜੀ ਬਸ ਕਲਾਸ ਤਾਂ ਥੋੜ੍ਹੀ ਔਖੀ ਰਹੀ, ਮਤਲਬ ਸਮਝ ਸਮਝ ਨਹੀਂ ਆਈ ਨੀਗੀ ਅੱਜ, ਕੋਈ ਨਹੀਂ ਸਾਰੀ ਇੰਗਲਿਸ਼ ਬਹੁਤ ਤੇਜ਼ ਬੋਲਦੀ ਸੀ। ਕੋਈ ਨਾ ਕੋਈ ਨਾ, ਉਹ ਆਪਣੀ ਟੀਚਰ ਥੋੜ੍ਹੀ ਜਿਹੀ ਇੰਗਲਿਸ਼ ਬੋਲਦੀ ਸੀ। ਹੈਂ? ਹਾਂ ਉਹ ਥੋੜ੍ਹੀ, ਉਹ ਮੈਨੂੰ ਲੱਗਦਾ ਯੂਨਿਟ ਕੋਆਰਡੀਨੇਟਰ ਆ ਜਾਂ ਉੱਤੇ ਰਿਸੈਪਸ਼ਨ ਤੇ ਪੈਂਦੀ ਆ। ਨਹੀਂ ਯਾਰ, ਮੈਂ ਤਾਂ ਕਹਿੰਦਾ ਟੀਚਰ ਹੈ ਰੋਜ਼ ਆ ਗਰੁੱਪ। ਟੀਚਰ ਕਿੱਥੇ ਆ ਯਾਰ? ਯਾਰ ਐਡੀ ਸੋਹਣੀ ਮੈਡਮ ਤੇ ਬਾਈਕ ਦੇਣ ਲਈ, ਇਹ ਤਾਂ ਗੱਲ ਗਲਤ ਹੈ। ਫਲਰਟ ਕਰਦਾ ਹੈ ਅੱਜ ਵੀ ਸੁਬਾਹ, ਉੱਥੇ ਕਰ ਰਹੀ ਫਲਰਟ। ਹੋਰ ਤੁਸੀਂ ਸੁਣਾਓ, ਕਿੱਦਾਂ ਤੁਹਾਡਾ ਇੱਥੇ, ਕਿੱਥੇ ਰਹਿ ਰਹੇ ਹੋ? ਜੀ ਬਸ ਮੈਂ ਰਸਤਾ ਕੋਲ ਹੀ ਰਹਿੰਦਾ ਇੱਥੇ, ਤੇ ਉਹਨਾਂ ਜਿਹੜਾ ਹੁਣ ਮੈਨੂੰ ਘਰ ਦੇਖ ਲਾ, ਮੈਂ ਹੁਣ ਜਗ੍ਹਾ ਵੀ ਦੇਖ ਲਾ ਰਹੇ ਹਾਂ। ਉਹ ਕਹਿੰਦੇ ਮੈਂ ਰੱਖ ਨਹੀਂ ਸਕਦੇ ਸੀ ਆਪਣੇ ਘਰੇ, ਤਾਂ ਹੋਰ ਦੇਖ ਲਿਆ ਮਤਲਬ। ਚਲੋ ਮੈਂ ਕਰਦਾ ਕੁਛ। ਕਿੱਥੋਂ ਕਰੇਗਾ ਯਾਰ? ਕੁਛ ਕਰਾਂਗੇ ਉਹ ਭਰਾਵਾ, ਕੀ ਕਰ ਲੈਂਗਾ ਤੂੰ? ਕਿਸੇ ਨਾਲ ਗੱਲ ਗੁੱਲ ਕਰ, ਕੋਈ ਹੈ ਤੈਨੂੰ ਜਾਣਦਾ ਇੱਥੇ? ਹਾਂ ਕੌਣ ਯਾਰ, ਕਿਸੇ ਨਾਲ ਗੱਲ ਕਰਦੇ ਹਾਂ, ਕਿਸੇ ਦੋਸਤ ਵਗੈਰਾ ਨੂੰ, ਸਾਰਿਆਂ ਨੂੰ ਮੈਸੇਜ ਕਰਦੇ ਹਾਂ, ਕੋਈ ਤਾਂ ਰੱਖੇਗਾ। ਭਾਈ ਤੁਸੀਂ ਇੰਡੀਆ ਤੋਂ ਹਰਿਆਣੇ ਤੋਂ ਆ ਨਾ? ਪੰਜਾਬ ਤੋਂ? ਚਲੋ ਮੈਂ ਕਰਦਾ, ਮੇਰੇ ਹੈ ਪੰਜਾਬ ਦੇ ਦੋਸਤ, ਜੇ ਬਹੁਤੀ ਐਮਰਜੈਂਸੀ ਹੋਈ ਨਾ ਤੁਹਾਡੇ ਕੋਲ ਕਿਤੇ ਕੋਈ ਜਗ੍ਹਾ ਨਾ ਹੋਈ ਤੇ ਮੈਨੂੰ ਕਾਲ ਕਰ ਲਿਓ। ਬਿਹਤਰ ਹੈ ਕਿ ਤੁਸੀਂ ਕਿਸੇ ਆਪਣੇ ਪੰਜਾਬੀ ਕੋਈ ਦੋਸਤ ਵਗੈਰਾ ਦੇਖ ਲਓ, ਉਹਨਾਂ ਨਾਲ ਈਜ਼ੀ ਰਹੇਗਾ ਤੁਹਾਨੂੰ। ਯਾਰ ਚੱਲ ਚੁੱਪ ਤਾਂ ਕਰ ਲਾਂਗੇ ਕੁਛ ਨਾ ਕੁਛ, ਤੇ ਹੁਣ ਮੈਨੂੰ ਲੱਗਦਾ ਆਪਾਂ ਚਲੀਏ, ਸਾਰੇ ਚਲੇ ਗਏ ਇੱਥੇ, ਕੋਈ ਹੈ ਹੀ ਨਹੀਂ। ਮੈਂ ਕਿਹਾ ਸੀ ਤੁਹਾਡੀ ਜਿਮ ਲਾ ਲੈਂਦੇ ਇੱਥੇ। ਜਿਮ
ਤੂੰ ਨਹੀਂ ਹੱਦਣਾ ਕਦੀ ਬਾਹਰ ਨਹੀਂ ਆਉਣਾ ਤੂੰ। ਚਲੋ ਠੀਕ ਆ ਭਾਜੀ ਫਿਰ ਅਸੀਂ ਚੱਲਦੇ ਹਾਂ ਤਾਂ ਮੇਰੇ ਨਾਲ ਹੀ ਰਹਿੰਦਾ ਵਾ ਅਸੀਂ ਹੁਣ ਇਕੱਠੇ ਜਾਣਾ ਵਾ। ਹਾਂ ਠੀਕ ਆ ਠੀਕ ਆ ਚਲੋ ਬਾਰਿਸ਼ ਤਾਂ ਵੈਸੇ ਰੁਕ ਗਈ ਨਹੀਂ ਤਾਂ ਕਹਿੰਦੇ ਤੁਹਾਨੂੰ ਡਰੌਪ ਕਰਦਾ ਸਟੇਸ਼ਨ ਤੱਕ। ਓਕੇ ਚਲੋ ਠੀਕ ਆ ਚੱਲ ਆਇਆ ਛੱਡ ਦੇ ਹੁਣ ਚੰਗੀ ਤਰ੍ਹਾਂ ਰੱਖ ਦੇ। ਮੈਂ ਤੇਰੇ ਨਾਲ ਹੀ ਚੱਲਦਾ ਫਿਰ ਆਉਂਦੇ ਹੋ ਤਾਂ ਮੈਂ ਬੱਸ ਜਾਏਗਾ ਮੈਨੂੰ ਪਤਾ ਨਹੀਂ ਸੀ ਪਾਰਕਿੰਗ ਲੱਭੂ ਕਿ ਨਹੀਂ ਮੇਰੇ ਨਾਲ ਹੀ ਜਾਣਾ ਹੋਰ ਤੈਨੂੰ ਇੱਥੇ ਕਿੰਨੇ ਲੈ ਕੇ ਜਾਣਾ। ਚੱਲ ਚੱਲਦੇ ਆਇਆ।